ਕਿ ਅੰਮ੍ਰਿਤਪਾਲ ਸਿੰਘ ਜਿਹਨੇ ਪਿਛਲੇ ਸਮੇਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰ ਦਿੱਤਾ ਸੀ 5-6 ਮਹੀਨਿਆਂ ਦੇ ਵਿੱਚ, ਮੈਂ ਉਸ ਪੰਥ ਦੀ ਗੱਲ ਕਰ ਰਿਹਾ, ਉਸ ਕੌਮ ਦੀ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਹਮੇਸ਼ਾ ਪਾਰਟੀਆਂ ਬਾਅਦ 'ਚ ਵੇਖੀਆਂ ਪਰ ਆਪਣੇ ਪੰਥ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੇ ਕਮਿਊਨਿਟੀ ਦੇ ਉਸ ਲੀਡਰ ਨੂੰ ਜਿਹੜੀ ਉਹਨਾਂ ਦੀ ਗੱਲ ਕਰਦਾ, ਚਾਹੇ ਉਹ ਕਿਸੇ ਲਈ ਗਲਤ ਹੋਵੇ ਪਰ ਉਹਨਾਂ ਦੀ ਜੇ ਕਮਿਊਨਿਟੀ ਦੇ ਲਈ ਠੀਕ ਆ ਤਾਂ ਉਹਦਾ ਸਾਥ ਦਿੰਦੇ ਨੇ। ਸ਼ਰਮ ਦੱਸਦੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰੋ ਲਾਸਟ ਤੱਕ। ਅਗਰ ਤੁਸੀਂ ਵੀਡੀਓ ਦੇਖੋਗੇ ਤਾਂ ਤੁਸੀਂ ਜਾਣ ਪਾਓਗੇ ਕਿ ਸਾਡੇ ਬ੍ਰਦਰ ਪੀਟਰ ਚੀਟਾ ਜੀ ਨੇ ਸਭ ਕ੍ਰਿਸਚਨ ਲੋਕਾਂ ਨੂੰ ਕੀ ਸੁਨੇਹਾ ਦਿੱਤਾ, ਕੀ ਮੈਸੇਜ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਉਹ ਲੋੜ ਹੈ ਕ੍ਰਿਸਚਨ ਲੋਕਾਂ ਨੂੰ ਇੱਕਜੁੱਟ ਹੋ ਕੇ ਖਲੋਣ ਦੇ ਲਈ ਆਪਣੇ ਕੌਮ ਦੇ ਲਈ। ਹਾਲੇਲੂਇਆ। ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਤੁਹਾਡੇ ਇੱਕ ਸ਼ੇਅਰ ਰਾਹੀਂ ਇਸ ਵੀਡੀਓ ਨੂੰ ਅਸੀਂ ਅੱਗੇ ਲੈ ਕੇ ਜਾ ਸਕਾਂਗੇ ਔਰ ਮਸੀਹ ਕੌਮ ਜੋ ਕਿ ਜਾਗਰੂਕ ਹੋਏਗੀ। ਹਾਲੇਲੂਇਆ। ਉਹ ਵੀਡੀਓ ਵੇਖਦੇ ਹਾਂ। ਸੋ ਅੱਜ ਮੈਂ ਇੱਕ ਅਨਾਊਂਸਮੈਂਟ ਕਰਨ ਜਾ ਰਿਹਾ ਕਿ ਆ ਜਿਹੜਾ ਇਲੈਕਸ਼ਨ ਦਾ ਦੌਰ ਚੱਲ ਰਿਹਾ, ਬੜੇ ਸੋਚ ਵਿਚਾਰ ਹੋਏ, ਬੜੇ ਵਿਚਾਰ ਵਟਾਂਦਰੇ ਹੋਏ ਔਰ ਮੈਨੂੰ ਬਹੁਤ ਸਾਰੇ ਪਿੰਡਾਂ 'ਚੋਂ ਬਹੁਤ ਸਾਰੇ ਨੌਜਵਾਨਾਂ ਦਾ, ਪਾਸਵਾਨਾਂ ਦੇ ਫੋਨ ਆਏ ਨੇ ਕਿ ਤੁਹਾਡੀ ਕੀ ਸਲਾਹ ਹੈ ਇਸ ਵਾਰ। ਹਾਂ, ਥੈਂਕ ਯੂ ਬੋਬੀ ਜੀ, ਕਹਿੰਦੇ ਅਸੀਂ ਤੁਹਾਡੇ ਵੱਲੋਂ ਤੋਂ ਪਹਿਲਾਂ ਸ਼ੇਅਰ ਕਰਦਾ, ਬਹੁਤ ਧੰਨਵਾਦ ਮੈਨੇਜਰ ਦਾਸ ਜੀ। ਔਰ ਮੈਂ ਔਰ ਉਹ ਸਾਰਿਆਂ ਦਾ ਇਹ ਵਿਊ ਸੀਗਾ ਬਈ ਯਾਰ ਅਕਸਰ ਤੂੰ ਹੀ ਰੌਲਾ ਪਾਉਂਦਾ ਕਿ ਇਲੈਕਸ਼ਨ ਲੜੀਏ, ਇਲੈਕਸ਼ਨਾਂ ਲੜਾਂਗੇ ਤਾਂ ਸਾਡਾ ਕੁਝ ਬਣਨਾ, ਨਹੀਂ ਤਾਂ ਕੁਝ ਨਹੀਂ ਪੱਲੇ ਪੈਣਾ, ਅਤੇ ਹੁਣ ਜੇ ਸਮਾਂ ਆਇਆ ਤਾਂ ਹੁਣ ਪੈਰ ਨਾ ਪਿੱਛੇ ਕਰ, ਅਸੀਂ ਤੇਰੇ ਨਾਲ ਹਾਂ, ਰਾਤ ਦਿਨ ਇੱਕ ਕਰ ਦਿਆਂਗੇ। ਔਰ ਕਈਆਂ ਨੇ ਤਾਂ ਇੱਥੋਂ ਤੱਕ ਮੈਨੂੰ ਇਹ ਵੀ ਹਵਾਲੇ ਦਿੱਤੇ ਕਿ ਤੁਸੀਂ ਇੱਕ ਪਾਸੇ ਦੇਖੋ ਕਿ ਅੰਮ੍ਰਿਤਪਾਲ ਸਿੰਘ ਜਿਹਨੇ ਪਿਛਲੇ ਸਮੇਂ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰ ਦਿੱਤਾ ਸੀ 5-6 ਮਹੀਨਿਆਂ ਦੇ ਵਿੱਚ, ਮੈਂ ਉਸ ਪੰਥ ਦੀ ਗੱਲ ਕਰ ਰਿਹਾ, ਉਸ ਕੌਮ ਦੀ ਗੱਲ ਕਰ ਰਿਹਾ ਕਿ ਜਿਨ੍ਹਾਂ ਨੇ ਹਮੇਸ਼ਾ ਪਾਰਟੀਆਂ ਬਾਅਦ 'ਚੋਂ ਵੇਖੀਆਂ ਪਰ ਆਪਣੇ ਪੰਥ ਨੂੰ, ਆਪਣੀ ਕਮਿਊਨਿਟੀ ਨੂੰ, ਆਪਣੇ ਕਮਿਊਨਿਟੀ ਦੇ ਉਸ ਲੀਡਰ ਨੂੰ ਜਿਹੜੀ ਉਹਨਾਂ ਦੀ ਗੱਲ ਕਰਦਾ, ਚਾਹੇ ਉਹ ਕਿਸੇ ਲਈ ਗਲਤ ਹੋਵੇ ਪਰ ਉਹਨਾਂ ਦੀ ਜੇ ਕਮਿਊਨਿਟੀ ਦੇ ਲਈ ਠੀਕ ਆ ਤਾਂ ਉਹਦਾ ਸਾਥ ਦਿੰਦੇ ਨੇ। ਔਰ ਉਹ ਜੇਲ੍ਹ 'ਚ ਬੈਠਾ ਇਲੈਕਸ਼ਨ ਲੜੇਗਾ ਆਜ਼ਾਦ ਔਰ ਇੱਥੋਂ ਦੇ ਲੋਕਾਂ ਨੇ ਉਹਨੂੰ ਸਮਰਥਨ ਦਿੱਤਾ। ਔਰ ਮੈਂ ਅੱਜ ਕਹਿ ਰਿਹਾ ਕਿ ਤੁਹਾਡਾ ਦਾਸ ਜ਼ਿਲ੍ਹਾ ਗੁਰਦਾਸਪੁਰ ਤੋਂ ਆਜ਼ਾਦ ਕੈਂਡੀਡੇਟ ਵਜੋਂ ਮੈਂ ਮੈਦਾਨ 'ਚ ਆ ਰਿਹਾ ਔਰ ਮੈਂ ਤੁਹਾਡੇ ਪੈਰਾਂ ਪਿੱਛੇ ਆਉਣਾ, ਤੁਹਾਡੇ ਆਸ਼ੀਰਵਾਦ ਨਾਲ ਆਉਣਾ। ਪਹਿਲਾਂ ਵੀ ਮੈਨੂੰ 28,000 ਦੇ ਕਰੀਬ ਜਿਹੜੇ ਕੱਟੜਪੰਥੀ ਕਹਿ ਸਕਦੇ ਹੋ, ਮੈਂ ਕੱਟੜਪੰਥੀ ਨਾਂ ਦੇਵਾਂਗਾ ਕਿ ਜਿਨ੍ਹਾਂ ਨੂੰ ਆਸ ਸੀਗੀ ਕਿ ਸਾਡੀ ਕਮਿਊਨਿਟੀ ਕੁਝ ਕਰੇਗੀ, ਅਸੀਂ ਉਹਨਾਂ ਦਾ ਵੀ ਧੰਨਵਾਦੀ ਉਦੋਂ ਵੀ ਕੀਤਾ ਸੀ ਅਤੇ ਹੁਣ ਵੀ ਕਰਾਂਗਾ। ਔਰ ਮੈਨੂੰ ਲੱਗਦਾ ਕਿ ਇਸ ਵਾਰ ਬੂਥ ਉਸ ਤੋਂ ਵੀ ਵੱਧ ਪਿੰਡਾਂ 'ਚ ਲੱਗਣਗੇ, ਜੋ ਲੋਕਾਂ ਦਾ ਰੁਝਾਨ ਆ, ਜੋ ਲੋਕਾਂ ਨੂੰ ਗੁੱਸਾ ਵਾ ਕਿ ਜੋ ਪਾਰਟੀਆਂ ਨੇ ਬੀਤੇ ਦਿਨਾਂ ਦੇ ਅੰਦਰ ਸਾਡੇ ਨਾਲ ਕੀਤਾ, ਧਰਨੇ ਲਾ ਲਾ, ਸਾਨੂੰ ਪਰਚੇ ਕਰਾਉਣੇ ਪਏ, ਸਾਡੇ ਪਾਸਟਰ ਸਹਿਬਾਨ ਅੰਦਰ ਚਲੇ ਗਏ, ਵਿੱਕੀ ਗਿੱਲ ਜੀ, ਜੈਮ ਸਿੰਧੀ ਜੀ। ਸੋ ਤੁਹਾਨੂੰ ਲੜਾਈ ਲੜਨ ਦੇ ਲਈ ਆਪਣੇ ਬੰਦੇ ਨੂੰ ਉਸ ਜਗ੍ਹਾ 'ਤੇ ਪਹੁੰਚਾਉਣਾ ਪਏਗਾ ਜਿੱਥੇ ਤੁਹਾਡੀ ਗੱਲ ਰੱਖੀ ਜਾਏ। ਜਿੱਥੇ ਅੱਜ ਜੇ ਮੈਂ ਇੱਥੇ ਟੇਬਲ ਖੜਕਾ ਰਿਹਾ ਅਤੇ ਮੈਂ ਲੋਕ ਸਭਾ ਦੀ ਟੇਬਲ ਖੜਕਾ ਕੇ ਤੁਹਾਡੀ ਗੱਲ ਕਰਾਂ, ਇਹ ਧੱਕਾ ਹੋ ਰਿਹਾ
ਇਹ ਗੱਲ ਹੋ ਰਹੀ ਹੈ, ਮੇਰੇ ਹੱਕ ਨੇ, ਸਾਡੀ ਕਮਿਊਨਿਟੀ ਦੇ ਰਾਈਟ ਸਾਨੂੰ ਚਾਹੀਦੇ ਨੇ। ਦੇਖੋ ਤੁਸੀਂ ਸਾਰਿਆਂ ਨੇ ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਵੇਖੀ ਹੋਏਗੀ, ਸੁਣੀ ਜੀ ਆਪਣੀ ਗੱਲ ਜੀ ਭੈਣ ਪਾਕਿਸਤਾਨ ਵਾਲੇ ਦੀ, ਦਿਖਾ ਲਓ ਜਰਾ, ਮੈਂ ਤੁਹਾਨੂੰ ਵੀਡੀਓ ਵਿਖਾਉਂਦਾ ਕਿ ਸਾਡੀ ਇੱਕ ਪਾਕਿਸਤਾਨ ਤੋਂ ਭੈਣ ਆ, ਉਹ ਸ਼ਾਇਦ MLA ਆ ਕਿ ਸ਼ਾਇਦ MP ਨੇ ਉੱਥੋਂ, ਮੈਂ ਵੀਡੀਓ ਦੁਬਾਰਾ ਵੇਖਾਂਗਾ ਤਾਂ ਮੈਨੂੰ ਯਾਦ ਉਹ ਕਰ ਰਿਹਾ। ਉਸ ਭੈਣ ਨੇ ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕੀਤਾ। ਉਹਨੇ ਉਸ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਦੇ ਵਿੱਚ ਪਹਿਲੇ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕੀਤਾ ਕਿ ਮੈਂ ਅੱਜ ਪ੍ਰਭੂ ਯਿਸੂ ਮਸੀਹ ਦੀ ਬਦੌਲਤ ਅੱਜ ਇਸ ਜਗ੍ਹਾ 'ਤੇ ਹਾਂ। ਔਰ ਉਹਨੇ ਕਮਿਊਨਿਟੀ ਦੀ ਗੱਲ ਕੀਤੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬ ਸੂਬਾ ਵਾ ਉਹਦੇ ਵਿੱਚ ਸਾਡੇ 90% ਕ੍ਰਿਸਚਨ ਲੋਕ ਨੇ, ਔਰ ਸਾਡੀ ਈਸਟਰ ਦੀ ਛੁੱਟੀ ਜਿਹੜੀ ਆ ਉਹ ਪੱਕੀ ਕੀਤੀ ਜਾਏ। ਬੇਸ਼ੱਕ ਉਹ ਈਸਟਰ ਐਤਵਾਰ ਆਉਂਦਾ, ਉਹ ਭੈਣ ਨੇ ਕਿਹਾ ਕਿ ਇਹਦੀ ਛੁੱਟੀ ਅਗਲੇ ਦਿਨ ਕੀਤੀ ਜਾਏ। ਵੇਖੋ ਉਹਨੂੰ ਲੋਕਾਂ ਨੇ ਤਾਕਤ ਦਿੱਤੀ, ਔਰ ਉਸ ਜਗ੍ਹਾ 'ਤੇ ਉਹ ਭੈਣ ਬੋਲੀ ਜਿੱਥੇ ਉਹ ਵਾਕਈ ਉਹ ਚੀਜ਼ ਮੰਨੀ ਜਾਣੀ ਆ, ਉਹ ਚੀਜ਼ ਪਾਸ ਹੋਣੀ ਆ, ਉੱਥੇ ਉਹ ਪਾਕਿਸਤਾਨੀ ਹਕੂਮਤ ਉਹ ਉਸ ਭੈਣ ਦੀ ਗੱਲ ਸੁਣ ਕੇ ਮਜਬੂਰ ਹੋਣਗੇ ਔਰ ਉਹਨੂੰ ਕਹਿਣਗੇ ਕਿ ਠੀਕ ਆ ਤੇਰੀ ਈਸਟਰ ਦੀ ਛੁੱਟੀ ਜਿਹੜੀ ਆ ਤੁਹਾਡੀ ਮਨਜ਼ੂਰ ਆ, ਲੱਭੀ ਵੀਡੀਓ। ਸੋ ਮੈਨੂੰ ਲੱਗਦਾ ਕਿ ਮੈਂ ਜਿੱਡੀ ਬੇਬਾਕੀ ਦੇ ਨਾਲ ਤੁਹਾਡੇ ਮਸਲਿਆਂ 'ਚ ਰਿਹਾ ਵਾਂ, ਡੱਡੂਆਣੇ ਤੋਂ ਲੈ ਕੇ ਕਈ ਮਸਲੇ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਵੱਲੋਂ ਮੈਂ ਅਰਵ ਚੌਹਾਨ ਜੀ ਔਰ ਸਾਡੇ ਹੋਰ ਵੀ ਲੀਡਰ ਸਾਹਿਬਾਨ ਅਸੀਂ ਡਟ ਕੇ ਗਏ। ਉਦੋਂ ਵੀ ਪਾਸਟਰ ਜੀ ਨੂੰ ਅਸੀਂ ਬਲਦੀ ਅੱਗ ਦੇ ਵਿੱਚੋਂ ਕੱਢਣ ਵਾਲੇ ਸੀਗੇ, ਜੌਨ ਕੋਟਲੀ ਸਾਹਿਬ, ਸਾਡੇ ਡਾਕਟਰ ਲੂਕਸ ਜੀ, ਚਾਰ ਉੱਥੇ ਤੁਹਾਡੀ ਕੌਮ ਦੇ ਲੀਡਰ ਸੀਗੇ ਜਿਨ੍ਹਾਂ ਨੇ ਪਾਸਟਰ ਜੀ ਨੂੰ ਉਸ ਮੌਤ ਦੀ ਵਾਦੀ ਦੇ ਵਿੱਚੋਂ ਕੱਢ ਕੇ ਲਿਆਂਦਾ ਸੀਗਾ। ਔਰ ਅਸੀਂ ਜਾਣ ਤਲੀ 'ਤੇ ਰੱਖ ਕੇ ਗਏ ਸੀਗੇ, ਇਕੱਲੇ ਬੋਲਣ ਵਾਲੇ ਨਹੀਂ, ਅਸੀਂ ਕਰਨ ਵਾਲਿਆਂ 'ਚੋਂ ਵੀ ਹਾਂ। ਸੋ ਮੇਰੀ ਤੁਹਾਡੇ ਅੱਗੇ ਬੇਨਤੀ ਆ ਕਿ ਮੈਂ ਮੈਦਾਨ 'ਚ ਆ ਰਿਹਾ, ਤੁਹਾਡੇ ਪੈਰਾਂ ਪਿੱਛੇ ਮਾਣਾ ਵਾਂ। ਕੱਲ੍ਹ ਮੈਂ ਆਪਣਾ ਫੈਡਰੇਸ਼ਨ ਦਾ ਗੂਗਲ ਪੇ ਬਾਰਕੋਡ ਵੀ ਤੁਹਾਡੇ ਰੂਬਰੂ ਕਰਾਂਗਾ। ਤੁਸੀਂ 10 ਰੁਪਏ ਤੋਂ ਲੈ ਕੇ 20 ਰੁਪਏ, 50 ਰੁਪਏ, 100 ਰੁਪਏ, 1,000 ਰੁਪਈਆ, 2,000 ਰੁਪਈਆ, ਜਿੰਨੀ ਕੋਈ ਮਦਦ ਕਰਨਾ ਚਾਹੇ ਤੁਸੀਂ ਮੈਨੂੰ ਭੇਜ ਸਕਦੇ ਜੇ, ਕਿਉਂਕਿ ਮੈਂ ਸਿਰਫ ਜੇ ਕਿਤੇ ਮੈਨੂੰ ਢਾਹ ਲੱਗੀ ਤਾਂ ਮੈਂ ਅਕਸਰ ਕਹਿੰਦਾ ਕਿ ਪੈਸੇ ਤੋਂ ਲੱਗਦੀ ਆ। ਜੇ ਤੁਹਾਡੇ ਵਰਗੇ ਭਰਾ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਇਸ ਇਲੈਕਸ਼ਨ 'ਚ ਮੇਰੀ ਮਦਦ ਕਰਨਗੇ, ਔਰ ਮੈਂ ਜੇ ਤੁਸੀਂ 30 ਪੈਸੇ ਇਕੱਠੇ ਕਰੋਗੇ ਤਾਂ 70 ਪੈਸੇ ਮੈਂ ਘਰੋਂ ਆਪਣੇ ਲੈ ਕੇ ਚੱਲਾਂਗਾ, ਆਪਣੀ ਕਮਿਊਨਿਟੀ ਦੇ ਲਈ ਲਾਉਣ ਦੇ ਲਈ, ਔਰ ਇਲੈਕਸ਼ਨ ਨੂੰ ਜਿੱਦਣ ਲਈ ਲੜਾਂਗਾ ਔਰ ਜਿੱਤ ਕੇ ਵੀ ਆਵਾਂਗਾ। ਕਿਉਂਕਿ ਜੇ ਅੰਕੜੇ ਤੁਸੀਂ ਕੱਢੋ ਤਾਂ ਜਿਸ ਤਰ੍ਹਾਂ ਇੰਨੇ ਕੈਂਡੀਡੇਟ ਨੇ, ਜੇ ਸਾਡੀ ਕਮਿਊਨਿਟੀ 20% ਵੀ ਕਿਤੇ ਹੋਰ ਚੱਲ ਜੇ, 70% ਭੁਗਤ ਜੇ, ਤਾਂ ਆਪਾਂ ਜਿੱਤ ਸਕਦੇ ਹਾਂ ਔਰ ਤੁਸੀਂ ਜਿਤਾ ਸਕਦੇ ਹੋ। ਔਰ ਮੇਰੀ ਬੇਨਤੀ ਆ, ਮੈਂ ਕੱਲ੍ਹ ਬਾਰਕੋਡ ਤੁਹਾਨੂੰ ਦਿਆਂਗਾ, ਕਿਉਂਕਿ ਲੜਾਈ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਆ, ਅਸੀਂ ਮੀਟਿੰਗਾਂ ਕੱਲ੍ਹ ਤੋਂ ਸ਼ੁਰੂ ਕਰ ਦੇਣੀਆਂ ਵਾਂ, ਭੱਜਣਾ, ਗੱਡੀਆਂ ਦਾ ਤੇਲ ਖਰਚਾ ਜਿਹੜੇ। ਆਹ ਭੈਣ ਦੀ ਵੀਡੀਓ ਮਿਲ ਗਈ ਹੈ, ਮੈਂ ਤੁਹਾਨੂੰ ਮਾੜੀ ਜਿਹੀ ਦਿਖਾਉਣੀ ਚਾਹਾਂਗਾ, ਵੇਖਿਓ ਇੰਨੀ ਖੁਸ਼ੀ ਹੋਈ। ਕਿਸੇ ਵੀਰ ਭਰਾ ਦਾ ਫੋਨ ਫੜ ਕੇ ਉਹਨੂੰ ਵੀ ਕਹਿ ਕੇ ਬਈ ਤੇਰੇ 10-20-50 ਰੁਪਏ ਨਾਲ ਕੋਈ ਫਰਕ ਨਹੀਂ ਪੈਣਾ, ਪਰ ਉਹ 10-20-50 ਰੁਪਏ ਜੇ ਪੂਰੇ ਇੰਡੀਆ ਤੋਂ, ਪੂਰੇ ਪੰਜਾਬ ਤੋਂ, ਪੂਰੀ ਦੁਨੀਆਂ 'ਚ ਆਉਂਦੇ ਨੇ ਤੇ ਅਸੀਂ ਇਹਨਾਂ ਵਾਂਗੂ ਦੂਸਰੀਆਂ ਪਾਰਟੀਆਂ ਵਾਂਗੂ ਇਲੈਕਸ਼ਨ ਲੜ ਸਕਦੇ ਹਾਂ। ਤੁਸੀਂ ਥੋੜ੍ਹੇ ਥੋੜ੍ਹੇ ਦੇਣੇ ਨੇ ਔਰ ਮੇਰੇ ਲਈ ਉਹ ਬੜੇ, ਮੈਂ ਨਾਮ ਹੀ ਲਵਾਂਗਾ ਉਸ ਭਰਾ ਦਾ, ਸਾਡਾ ਵੀਰ ਆ ਪਿੰਡ ਹਸਨਪੁਰੇ ਤੋਂ, ਭੱਟੀ ਸਾਹਿਬ ਪਾਸਟਰ ਵਿਜੇ ਜੀ ਦੀ ਸੰਗਤ ਦੇ ਵਿੱਚ ਸੀਗੇ। ਉਹ ਭਰਾ ਨੇ ਆਪਣਾ ਘਰ ਬਣਾਇਆ ਸੀ ਤੇ ਉਹਨੇ ਪੌੜੀਆਂ ਚੜ੍ਹਾਉਣੀਆਂ ਸੀ, ਔਰ ਉਹ ਕਮੇਟੀ ਚੁੱਕ ਕੇ 30,000 ਦੀ
ਉਹਨੇ ਜਿਹੜੀ ਪੌੜੀਆਂ ਚੜ੍ਹਨ ਲਈ ਲੈਣੀਆਂ ਸੀਗੀਆਂ ਉਹਨੇ ਮੇਰੀ ਝੋਲੀ ਪਾਤੇ ਸੀ। ਆਟੋ ਚਲਾਉਂਦਾ ਸੀ ਉਹ ਵੀਰ, ਕਹਿੰਦਾ ਭਾਜੀ ਪੌੜੀਆਂ ਫਿਰ ਚੜ੍ਹ ਜਾਣਗੀਆਂ, ਪਰ ਅੱਜ ਮੇਰੇ ਭਰਾ ਨੂੰ ਲੋੜ ਆ ਤੇ ਮੈਂ ਤੁਹਾਡੀ ਝੋਲੀ ਪਾਏ ਨੇ। ਕਈ ਜਜ਼ਬਾਤੀ ਲੋਕ ਸੀ, ਕਈ ਸਾਈਕਲ ਤੇ ਚੱਲ ਕੇ ਬੜੀ ਦੂਰੋਂ ਮੈਨੂੰ 1,000 ਰੁਪਇਆ ਦੇਣ ਆਏ, ਔਰ ਮੇਰੇ ਲਈ ਉਹ 1,00,000 ਵਰਗਾ ਸੀਗਾ, ਕਿਉਂਕਿ ਉਹ ਸੋਚ ਉਹ ਜੋਸ਼ ਸੀਗਾ ਕਿ ਸਾਈਕਲ ਤੇ ਉਹ 30 ਕਿਲੋਮੀਟਰ ਤੋਂ ਮੇਰੇ ਕੋਲ ਆਏ। ਕਹਿੰਦਾ ਭਾਜੀ ਮੈਂ ਇੰਨੇ ਦੇ ਸਕਦਾ। ਸੋ ਇੱਦਾਂ ਦੀ ਸੋਚ ਤੁਸੀਂ ਲਿਓ ਔਰ ਮੇਰੇ ਨਾਲ ਚੱਲੋ, ਮੈਨੂੰ ਗਾਈਡੈਂਸ ਦਿਓ, ਮੈਨੂੰ ਸਮਝਾਓ। ਤੁਹਾਨੂੰ ਪਤਾ ਮੈਂ ਕਿਸੇ ਦੇ ਵਿਰੋਧ 'ਚ ਨਹੀਂ ਹਾਂ, ਤੁਸੀਂ ਆਪ ਸਿਆਣੇ ਹੋ ਕਿ ਕੌਣ ਤੁਹਾਡੀ ਗੱਲ ਕਰ ਸਕਦਾ, ਔਰ ਕਿੱਦਾਂ ਜਿਹੜੇ ਤਰੀਕੇ ਨਾਲ ਕਿਹਨੂੰ ਕੀ ਤਰੀਕਾ ਗੱਲ ਕਰਨਾ, ਤੁਸੀਂ ਆਪ ਸਮਝਣਾ ਅਤੇ ਆਪ ਸੋਚਣਾ ਅਤੇ ਉਸੇ ਕੈਂਡੀਡੇਟ ਨੂੰ ਤੁਸੀਂ ਵੋਟ ਦੇਣੀ ਹੈ। ਸੋ ਮੇਰਾ ਸਾਥ ਦਿਓ, ਮੈਂ ਆਜ਼ਾਦ ਮੈਦਾਨ 'ਚ ਆ ਰਿਹਾ ਪ੍ਰਭੂ ਯਸ਼ੂ ਮਸੀਹ ਵੱਲੋਂ। ਮੈਂ ਚਾਹਾਂਗਾ ਕਿ ਉਹ ਤੁਸੀਂ ਦੁਆਵਾਂ ਕਰੋ ਕਿ ਉਹਨਾਂ ਵੱਲੋਂ ਮੇਰੇ 'ਤੇ ਆਸ਼ੀਰਵਾਦ ਰਹੇ ਔਰ ਮੈਂ ਇਲੈਕਸ਼ਨ ਨੂੰ ਜਿੱਤ ਕੇ ਆਪਣੇ ਲੋਕਾਂ ਦੀ ਝੋਲੀ ਪਾਵਾਂ ਔਰ ਰਾਤ ਦਿਨ ਤੁਹਾਡੀ ਸੇਵਾ ਕਰਾਂ। ਸਭਨਾਂ ਨੂੰ ਜੈਮਸੀ ਦੀ, ਔਰ ਦੁਬਾਰਾ ਮੈਂ ਕਹਾਂਗਾ ਮੇਰੇ ਕੋਲ ਕਈ ਗਲਤੀਆਂ ਹੋਈਆਂ ਹੋਣਗੀਆਂ, ਮੈਂ ਮਾਫ਼ੀ ਮੰਗਦਾ ਹੱਥ ਜੋੜ ਕੇ। ਜੇ ਕਿਸੇ ਦੇ ਕੋਲੋਂ ਗਲਤੀ ਹੋਈ ਹੋਵੇ ਮੇਰੀ ਤਾਂ ਮੈਂ ਉਸਦੀ ਵੀ ਮਾਫ਼ੀ ਮੰਗਦਾ। ਸਭਨਾਂ ਨੂੰ ਜੈਮਸੀ।